ਅੱਜ ਅਸੀਂ ਨੈਣਾ ਕੋਤ ਪਿੰਡ ਆਏ ਸੀ ਇੱਥੇ ਜਿੱਥੇ ਕਿ ਅਸੀਂ ਗੁੱਗਾ ਮਾੜੀ ਹੈ ਅਤੇ ਸੱਪ ਦੇ ਕੱਟੇ ਦਾ ਇਲਾਜ ਹੁੰਦਾ ਹੈ ਨਾ ਜੀ ਇੱਥੇ ਬਹੁਤ ਦੂਰ ਦੂਰ ਤੱਕ ਫੋਰਨ ਤੋਂ ਵੀ ਸੰਗਤਾਂ ਆਉਂਦੀਆਂ ਨੇ ਹੈ ਨਾ ਤੁਸੀਂ ਦੋਨੇ ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਸੀਗੇ ਉਹ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਸੀ ਕਹਿੰਦੇ ਰੱਬ ਵੀ ਜਾਂ ਆਮ ਬੰਦਾ ਵੀ ਜਿਹੜਾ ਕਿਸੇ ਮਾੜੇ ਬੰਦੇ ਨੂੰ ਦਿੰਦਾ ਰੱਬ ਅਸੀਂ ਵੀ ਮੈਂ ਵੀ ਆਪਣੇ ਦੋਸਤ ਨਾਲ ਗੱਲਾਂ ਕਰ ਰਿਹਾ ਸੀਗਾ ਵੀ ਮਾੜੇ ਬੰਦੇ ਨੂੰ ਅੱਜ ਦੇ ਟਾਈਮ 'ਚ ਕਿਉਂ ਦਿੰਦਾ ਇੰਨਾ ਚੰਗੇ ਬੰਦੇ ਨੂੰ ਕੁਛ ਨਹੀਂ ਮਿਲਦਾ ਤੁਸੀਂ ਆਪਸ 'ਚ ਗੱਲਾਂ ਕਰਕੇ ਦੱਸੋ ਇਹਦੀ ਗੱਲਬਾਤ ਕੀ ਗੱਲ ਆ ਜੀ ਇਹ ਨਹੀਂ ਚੰਗਾ ਕਰਮ ਇਸ ਵਾਰੀ ਕਿ ਪਿਛਲੀ ਵਾਰੀ ਦੇ ਇਹ ਪਿਛਲੀ ਕਈ ਚੱਕਰ ਹੈ ਅਸਲੀ ਤੋਂ ਹੈ ਨਾ ਪਿਛਲੀ ਕਈ ਚੱਕਰ ਹੈ ਇਹ ਤੁਸੀਂ ਇੱਥੇ ਜਿਵੇਂ ਪਿੰਡ 'ਚ ਬਹਿ ਕੇ ਰੋਜ਼ ਹੀ ਗੱਲਾਂ ਕਰਦੇ ਹੋ ਤੁਹਾਡੇ ਘਰ ਚੋਂ ਵੀ ਗਏ ਹੋਣੇ ਬੰਦੇ ਕਿਤੇ ਕੈਨੇਡਾ ਅੱਛਾ ਦੋਨੇ ਪੁਰਤਗਾਲ ਹੀ ਨੇ ਫਰਾਂਸ ਰਹਿੰਦੇ ਇਸ ਟਾਈਮ ਹੈ ਨਾ ਹਾਂ ਤੇ ਤੁਸੀਂ ਸੁਣਾਓ ਆਪਣੇ ਬਾਰੇ ਗੱਲ ਤੁਹਾਡੀ ਦੁਕਾਨ ਹੈ ਅੱਛਾ ਅੱਛਾ ਇੱਥੇ ਗੁਰਦੁਆਰਾ ਸਾਹਿਬ ਦਾ ਇੱਥੇ ਮੰਦਰ ਦਾ ਜਿਹੜਾ ਨਾ ਕਮੇਟੀ ਦਾ ਤੇ ਕਦੋਂ ਬਣਿਆ ਸੀ ਇਹ ਮੰਦਰ 100 ਕੁ ਸਾਲ ਜਿਹੜਾ 100 ਕੁ ਸਾਲ ਹੋ ਗਏ ਬਜ਼ੁਰਗਾਂ ਤੇ ਵੀ ਪਹਿਲਾਂ ਦੀ ਬਣਾਇਆ ਵਾ ਅੱਛਾ ਜੀ ਉਦੋਂ ਤੋਂ ਇਹੀ ਮਾਨਤਾ ਹੈ ਹਾਂਜੀ ਹਾਂਜੀ ਮਾਨਤਾ ਬਹੁਤ ਵਧੀਆ ਨਹੀਂ ਇਹੀ ਮਾਨਤਾ ਵੀ ਉੱਥੇ ਸੱਪ ਦੇ ਕੱਟੇ ਦਾ ਇਲਾਜ ਅੱਛਾ ਕੋਈ ਸਕਿਨ ਪ੍ਰੋਬਲਮ ਵੀ ਹੋਵੇ ਨਾ ਅੱਛਾ ਇਹ ਕੁਦਰਤੀ ਹੈ ਨਹੀਂ ਤੁਹਾਡੇ ਪਿੰਡ ਨੂੰ ਇਹ ਬਖਸ਼ਿਸ਼ ਹੋਈ ਹੋਈ ਹੈ ਨਾ ਪਹਿਲਾਂ ਦੀ ਗੱਲ ਹੋਣੀ ਹੈ ਕੋਈ ਹੈ ਨਾ ਪੁਰਾਣੀ ਹਾਂ ਤੁਸੀਂ ਸੁਣਾਓ ਜੀ ਕੋਈ ਗੱਲਬਾਤ ਕੋਈ ਗੱਲ ਸੁਣਾਓ ਵਧੀਆ ਜੀ ਨਾ ਤੁਸੀਂ ਕਹਿੰਦੇ ਸੀ ਵੀ ਹੁਣ ਕੀ ਹੋ ਗਿਆ ਵੀ ਚਲੇ ਜਾਈਏ ਇਸ ਦੁਨੀਆਂ ਨੂੰ ਛੱਡ ਕੇ ਕਿਉਂ ਕਿਹਾ ਤੁਸੀਂ ਐਵੇਂ ਕਿਉਂ ਲੈ ਕੇ ਜਾਵੇ ਹੈ ਨਾ ਦੁਨੀਆਂ ਤਾਂ ਜਾ ਰਹੀ ਹੈ ਤੁਹਾਨੂੰ ਨਹੀਂ ਹਮੇ ਤੋਂ ਚੀਜ਼ ਹੈ ਪਰ ਤੁਮੇ ਕਿਉਂ ਲੈ ਕੇ ਜਾਵੇ ਜਿਹੜੇ ਪਾਪ ਕਰੇ ਨੇ ਉਹ ਕੌਣ ਨਿਭਾਏਗਾ ਜਿਹੜੇ ਪਾਪ ਲੇਖਾ ਜੋਖਾ ਕੌਣ ਦੇਗਾ ਮੈਂ ਦੇਊਂਗਾ ਉਹ ਹਾਂ ਫੇਰ ਹਾਂ ਜਿਹੜਾ ਇਹੀ ਲੇਖੇ ਜੋਖੇ ਦਾ ਚੱਕਰ ਹੈ ਐਤਕੀ ਕਰਮ ਵਧੀਆ ਕਰ ਲਈਏ ਆਪਾਂ ਅਗਲੀ ਵਾਰੀ ਫਿਰ ਖੇਡ ਬਣ ਜਾਣੀ ਹੈ ਨਕਲੀ ਹੈ ਸਾਰਾ ਕੁਝ ਬਾਬਾ ਜੀ ਬੈਠੇ ਨੇ ਬਹੁਤ ਇਹ ਇਸੇ ਪਿੰਡ ਦੇ ਨੇ ਇਹ ਵਧੀਆ ਗੱਲਾਂ ਬਾਤਾਂ ਸੁਣਾਉਣਗੇ ਪੁਰਾਣੀਆਂ ਨਾ ਕੋਈ ਹੈ ਨਾ ਅੱਛਾ 100 ਸਾਲ ਕੇ ਹੋ ਗਏ ਆ ਲਓ ਜੀ ਤੁਹਾਨੂੰ ਇੱਕ 100 ਸਾਲ ਕੇ ਬਾਬਾ ਜੀ ਘੁਮਲਾਨੇ ਨੈਣਾ ਕੌਤ ਬਾਬਾ ਜੀ ਕੀ ਹਾਲ ਹੈ ਕਿਵੇਂ ਰੰਗ ਦੇਖੇ ਜ਼ਿੰਦਗੀ ਦੇ ਕੀ ਕਿਉਂ ਐਂ ਕਿਉਂ ਕਹਿੰਦੇ ਹੋ ਹੈ ਨਾ ਨਾ ਚੰਗੇ ਰੰਗ ਸੀ ਕਿ ਮਾੜੇ ਚੰਗੇ ਤੇ ਫਿਰ ਸੁਣਾਓ ਜ਼ਿੰਦਗੀ ਦੇ ਰੰਗ ਸੁਣਾਓ ਕੋਈ ਨਾ ਅਨਪੜ੍ਹ ਅਨਪੜ੍ਹ ਤਾਂ ਵਧੀਆ ਰੰਗ ਸੁਣਾਉਂਦਾ ਬਾਬਾ ਜੀ ਕਿੰਨੀ ਉਮਰ 100 ਸਾਲ ਹੋ ਗਈ ਪੂਰੀ ਵੱਧ ਗਈ 100 ਕਿੰਨੇ 5 ਚਲੋ ਆਹ ਦੇਖੋ ਜੀ ਬਾਬਾ ਜੀ 105 ਸਾਲ ਦੇ ਹੋ ਗਏ ਤੁਸੀਂ ਆਪਣੀ ਸਿਹਤ ਦਾ ਰਾਜ ਦੱਸੋ ਸਿਹਤ ਦੀ ਗੱਲ ਦੱਸੋ ਬਸ ਹੋਰ ਛੱਡੋ ਪਰੇ ਹੈ ਅੱਛਾ ਤੇਜ਼ ਚੱਲਾ ਅੱਛਾ ਕਿੱਥੇ ਜਾਓਗੇ ਘਰੇ ਜਾਓਗੇ ਅੱਛਾ ਅੱਛਾ ਅਗਲੇ ਜਨਮ ਚ ਤੋਤਾ ਬਣਨ ਨੂੰ ਫਿਰ ਤੋਤਾ ਬਣਾ ਕੇ ਮੈਂ ਹੀ ਲੈ ਜਾਂਦਾ ਬਦਾਮ ਖਵਾਵਾਂਗੇ ਰੋਜ਼ ਉਹ ਬਦਾਮ ਖਵਾਊਂਗਾ ਮੈਂ ਬਣਾ ਕੇ ਲੈ ਜਾਂਦਾ ਲੈ ਜਾ ਕਰਾਂਗਾ ਫਲ ਫੁਲ ਖਾ ਜਾ ਕਰਾਂਗਾ
ਦੇਖੋ ਕੋਈ ਰਾਜ ਦਾ ਨੀ ਬਾਬਾ ਜੀ ਕਿਸੇ ਨੂੰ, ਤੁਹਾਡਾ ਨਾਂ ਕੀ ਹੈ? ਬਜੀਰ ਸਿੰਘ ਜੀ, ਕੋਈ ਰਾਜਧਾਨੀ ਜ਼ਿੰਦਗੀ ਚ ਕਿਸੇ ਨੂੰ ਫਲ ਜ਼ਿਆਦਾ ਮਿਲ ਗਏ ਉਹ ਵੀ ਨੀ ਰੱਜਿਆ? ਤੈਨੂੰ ਇੱਕ ਗੱਲ ਸੁਣਾਉਣਾ, ਚਲੋ ਇੱਧਰ ਮੂੰਹ ਕਰੋ ਮੇਰੇ ਕਣੀ, ਮੇਰੇ ਕਣੀ ਮੂੰਹ ਕਰੋ, ਮੂੰਹ ਕਰੋ ਇੱਧਰ, ਇੱਕ ਗੱਲ ਸੁਣਾਉਣਾ ਤੁਹਾਨੂੰ ਸਾਰਿਆਂ ਨੂੰ। ਕਹਿੰਦੇ ਜੀ ਸੰਤ ਬਰਿਆਮ ਸਿੰਘ ਜੀ ਜਿਹੜੇ ਹੈਗੇ ਉਹ ਕੋਕਾ ਕੋਲਾ ਵਾਲੇ ਕੋਲ ਗਏ। ਆ ਜਾਓ ਤੁਸੀਂ, ਬਹਿ ਜਾਓ ਅੱਗੇ ਆ ਜਾਓ। ਕੋਕਾ ਕੋਲਾ ਵਾਲੇ ਕੋਲ ਤੁਸੀਂ ਵੀ ਸੁਣੋ ਗੱਲ, ਸਕੂਲਾਂ ਚ ਕੀ ਮਿਲਣਾ ਉਰੇ ਮਿਲਣਾ ਸਾਰਾ ਕੁਝ। ਉੱਧਰ ਜਾਓ ਉਹਨਾਂ ਕੋਲ, ਬਾਬਾ ਜੀ ਕੋਲ ਜਾਓ, ਫਿਰ ਤਾਂ ਆਊਗੀ ਵੀਡੀਓ, ਤਾਂ ਜਾਓ। ਕੋਕਾ ਕੋਲਾ ਵਾਲੇ ਕੋਲ ਗਏ ਜਦੋਂ, ਉਹ ਕਹਿੰਦੇ ਕੋਕਾ ਕੋਲਾ ਵਾਲੇ ਨੂੰ ਵੀ ਤੁਸੀਂ ਤਾਂ ਸੁਖੀ ਬਹੁਤ ਹੋਵੋਗੇ, ਤੁਹਾਡੇ ਕੋਲ ਤਾਂ ਪੈਸੇ ਦੇ ਰੰਗ ਨੇ, ਹੈ ਨਾ, ਇੰਨਾ ਪੈਸਾ ਸਾਰੀ ਦੁਨੀਆ ਦਾ ਪੈਸਾ ਲਈ ਫਿਰਦੇ ਹੋ। ਬਾਬਾ ਜੀ ਬਜੀਰ ਸਿੰਘ ਜੀ ਤੁਹਾਡੇ ਵਾਲੀ ਗੱਲ ਹੋਈ, ਉਹ ਕਹਿੰਦਾ ਬਾਗ 'ਚ ਫਲ ਤਾਂ ਦੁਨੀਆ ਦਾ ਸਾਰਾ ਲੱਗਿਆ ਪਰ ਡਾਕਟਰਾਂ ਨੇ ਉਹੀ ਫਲ ਖਾਣ ਤੋਂ ਮਨਾ ਕੀਤਾ ਜਿਹੜੇ ਲੱਗੇ ਨੇ। ਉਹ ਕਹਿੰਦਾ ਮੇਰੇ ਜਿਹੜਾ ਡਾਇਨਿੰਗ ਟੇਬਲ ਆ ਉਹ 'ਤੇ ਜਾ ਕੇ ਦੇਖ ਲਓ, ਡਾਕਟਰਾਂ ਦੀ ਜਿਹੜੀ ਉਹ ਹੈ ਪ੍ਰਸਕ੍ਰਿਪਸ਼ਨ ਕਹਿੰਦੇ ਨੇ ਉਹਨੂੰ, ਪਰਚੀ, ਉਹਤੇ ਲਿਖਿਆ ਵੀ ਆਹ ਫਲ ਨਹੀਂ ਖਾਣੇ। ਕਹਿੰਦਾ ਮੈਂ ਦੁਖੀ ਹੁੰਦਾ ਵੀ ਜਦੋਂ ਮੇਰੇ ਮਾਲੀ ਅਤੇ ਮਾਲਣ ਉਹ ਫਲ ਖਾਂਦੇ ਨੇ। ਕਹਿੰਦੇ ਫਿਰ ਹੋਰ ਕੀ ਦੁੱਖ ਹੈ ਤੁਹਾਨੂੰ, ਚਲੋ ਫਲ ਨਹੀਂ ਖਾ ਸਕਦੇ। ਕਹਿੰਦਾ ਸਭ ਤੋਂ ਵੱਡਾ ਦੁੱਖ ਹੈ ਵੀ ਇੰਡੀਆ 'ਚ ਸਾਲਾ ਏ ਸੀ ਹੁਣ ਆਇਆ, ਸਿਰਫ ਮੇਰੇ ਘਰ ਲੱਗਿਆ ਹੈ। ਤੁਸੀਂ ਵੀ ਸੁਣਾਇਓ ਕੋਈ ਗੱਲ, ਹੈ ਨਾ। ਕਹਿੰਦੇ ਏ ਸੀ ਸਾਡੇ ਘਰ ਲੱਗਿਆ, ਸਿਰਫ ਮੈਨੂੰ ਡਾਕਟਰ ਨੇ ਕਹਿ ਤਾ ਵੀ ਤੂੰ ਏ ਸੀ ਨਹੀਂ ਵਰਤਣਾ, ਜੇ ਏ ਸੀ ਵਰਤੇਗਾ ਮਰ ਜਾਏਗਾ, ਪੱਖੀ ਝੱਲੀ ਜਾ ਬੈਠਾ ਹੈ। ਬਾਬਾ ਜੀ ਹੁਣ ਸਮਝ ਗਏ ਗੱਲ, ਜੇ ਫਲ ਮਿਲ ਜਾਂਦੇ ਨਜ਼ਾਰਾ ਆ ਜਾਂਦਾ, ਫਲ ਤਾਂ ਤੁਹਾਨੂੰ ਅੱਜ ਦਵਾ ਦਾਂਗੇ। ਬਾਬਾ ਅਜੇ ਵੀ ਫਲ ਦੇ ਚੱਕਰ 'ਚ ਪਿਆ ਹੋਇਆ ਹੈ, ਅਜੇ ਵੀ ਨਜ਼ਾਰਾ ਨਹੀਂ ਆਇਆ ਹੈ। ਕਿਉਂ ਖਾਧਾ ਉਹ ਵਾਧੂ? ਫਿਰ ਚੁੱਪ ਕੇ ਕਰਨਾ ਹੈ, ਪੰਜ ਪੰਜ ਕਿਲੋ ਦੁੱਧ ਹੈ ਬਿਮਾਰ ਹੋ ਗਿਆ ਜੀ, ਅੰਗ ਸਾਗ ਦੇ ਬੋਤਲਾਂ ਲਿਆ ਮੈਂ, ਸਰਕਾਰੀ ਮਹਾਰਾਜ ਫਾਲਾ ਮੈਂ ਤੈਨੂੰ ਵੀ ਪਿਲਾ ਦਿਆਂਗਾ, ਕਾਮ ਹੈ ਤੇਰਾ ਨੌਕਰ ਆ, ਉਹ ਮੇਰਾ ਮੈਂ ਨੌਕਰ ਕਾਸਕਾ ਤੂੰ ਫਾਲਾ ਤੈਨੂੰ ਵੀ ਪਿਲਾ ਦਿਆਂਗਾ ਨਾ ਜੀ, ਮੈਂ ਉੱਠ ਕੇ ਭਾਈ ਆ ਫਾਲੇ ਮੈਂ ਜਾ ਦਫਾ ਹੋ ਸਾਲੇ, ਸਾਲੇ ਨੇ ਮੇਰੀ ਸ਼ਿਕਾਇਤ ਕਰਦੀ ਡਾਕਟਰ ਪਾ, ਭਾਜੀ ਉਹ ਬਾਜ਼ਾਰ ਮੈਂ ਤੇ ਆਇਆ ਝੂਠ ਵੱਢਦੇ ਆ ਸਾਲੇ ਨੇ, ਮੈਂ ਕਹਿ ਰਿਹਾ ਸੀ ਕਿ ਛੁੱਟੀ ਉਹ ਕਰਾ ਉਹਦੇ ਸਾਲੇ ਨੂੰ ਦੁਬਾਲਾ ਬੁਲਾ ਲਿਆ ਭਾਈ ਮੈਂ ਡਾਕਟਰ ਨੇ ਬੜੇ ਨੇ ਕਹਾ ਭਾਈ ਤੂੰ ਬਾਜ਼ਾਰ ਮਾ ਗਿਆ ਤਾ, ਮਾਂ ਬੀਬੀ ਜੀ ਮੇਰੇ ਸੁਣੋ ਬਾਤ, ਕਹਾ ਹਾਂ ਮੇਰੇ ਆਏ ਵੇ ਰਿਸ਼ਤੇਦਾਰ, ਮੈਂ ਇਹਨੂੰ ਕਿਹਾ ਵੀ ਦੁੱਧ ਫਲ ਲਿਆ ਤੈਨੂੰ ਵੀ ਪਲਿਆ ਦਿਆਂਗਾ, ਜੋ ਕਹਾ ਮੈਂ ਤੇਰਾ ਠੇਕੇਦਾਰ ਰੱਖਿਆ ਵਾ, ਗੱਲ ਤਾਂ ਜੋ ਹੋਈ ਆ ਬਾ ਸਾਰੀ ਇਹੋ ਜਿਹਾ ਝੂਠ ਵੱਢ ਰਿਹਾ। ਫਿਰ ਡਾਕਟਰ ਕਹਾ ਜਾ ਭਜਾ ਹੋਏ, ਕਹਾ ਉਹਨਾਂ ਨੇ ਮਰੀਜ਼ ਨੂੰ ਛੇੜੇ ਕਰਦੇ। ਮਨਜੀਤ ਸਿੰਘ ਜੀ ਇੱਕ ਗੱਲ ਦੱਸੋ, ਤੁਹਾਡੀ ਚਿਹਰੇ 'ਤੇ ਵੀ ਹਜੇ ਤੱਕ ਝੋੜੀਆਂ ਨਹੀਂ ਪਈਆਂ, 102-3 ਸਾਲ ਦੀ ਉਮਰ 'ਚ ਲੋਕ ਕਰੋੜਾਂ ਰੁਪਇਆ ਇਸੇ ਚੀਜ਼ 'ਤੇ ਖਰਾਬ ਕਰ ਦਿੰਦੇ ਆ। ਤੁਸੀਂ ਸਾਬਣਾ ਸੁਬਣਾ ਲਾਈਆਂ ਕਿ ਨਹੀਂ ਲਾਈ? ਕੋਈ ਰਗੜੀ ਹੈ ਸਾਬਣ ਸੁਬਣ ਰਗੜੀ ਆ ਕਿ ਮੂੰਹ 'ਤੇ ਕਰੇ? ਜਮੀ ਨਹੀਂ ਨਾ ਥੋੜੀ ਉਹ ਕਦੇ, ਹੁਣ ਤਾਂ ਹੁਣ ਵੀ ਇਹ ਦੇ ਲਾ, ਦੂਏ ਤੀਏ ਦਿਨ ਚੌਥੇ ਦਿਨ ਲਾਵਾਂ ਮੈਂ ਰੋਜ਼ ਦੀ। ਅੱਛਾ ਮੁਸਕ ਤਾਂ ਨਹੀਂ ਮਾਰਦੀ? ਨਾ ਹੈ ਰੋਜ਼ ਨਾ। ਦੇਖੋ ਦੋਸਤੋ ਇਹ ਕਮਾਲ ਦੀ ਗੱਲ ਹੈ, ਅੱਜ ਜਿਹੜਾ ਬੰਦਾ ਇੱਕ ਦਿਨ ਸਾਬਣ ਬਿਨਾਂ ਨਹਾ ਲੂਗਾ ਉਹਦੇ 'ਚੋਂ ਮੁਸਕ ਮਾਰਨ ਲੱਗ ਜੂ। ਪੈਰਾਂ 'ਚੋਂ ਅਸੀਂ ਇੱਕ ਬੰਦਾ ਬਿਠਾ ਲਿਆ ਸਾਡੀ ਗੱਡੀ 'ਚ, ਮੇਰੇ ਕੋਲ ਵੀ ਹਾਸੇ ਦੀਆਂ ਗੱਲਾਂ, ਪਰਸੋਂ ਹੀ ਬਿਠਾ ਲਿਆ ਕੋਈ ਗਾਇਕ ਸੀਗਾ, ਮੇਰਾ ਡਰਾਈਵਰ ਕਹਿੰਦਾ ਜੀ ਕਹਿੰਦਾ ਮੈਂ ਤਾਂ ਮਰ ਜਾਣਾ ਸੀ ਅੱਜ, ਮੈਂ ਕੀ ਹੋ ਗਿਆ? ਕਹਿੰਦਾ ਮੇਰੇ ਨਾਲ ਅੱਗੇ ਬਿਠਾ ਤਾ ਤੁਸੀਂ, ਕਹਿੰਦਾ ਉਹਦੀਆਂ ਜਰਾਬਾਂ 'ਚੋਂ ਐਸੀ ਮੁਸਕ ਮਾਰੇ, ਅਤੇ ਫਿਰ ਉਹਨੂੰ ਲੈ ਗਿਆ ਮੈਂ ਸਟੂਡੀਓ ਜਿੱਥੇ ਮਿਊਜ਼ਿਕ ਹੁੰਦਾ ਪੰਜੌਰ, ਉੱਥੇ ਲੈ ਗਿਆ ਪੰਜੌਰ, ਉਹ ਸਟੂਡੀਓ ਵਾਲਾ ਕਹਿੰਦਾ ਮੈਂ ਬੇਹੋਸ਼ ਹੋ ਜਾਣਾ ਸੀ ਅੱਜ, ਮੈਂ ਕੀ ਹੋ ਗਿਆ? ਕਹਿੰਦਾ ਸਾਲੀਆ ਕਿੱਥੋਂ ਲਿਆ ਉਹ ਫੜ ਕੇ ਐਸੀਆਂ ਜਰਾਬਾਂ ਵਾਲਾ, ਸਮਝੇ? ਇਸ ਕਰਕੇ ਬਾਬਾ ਜੀ ਜਿਹੜੀ ਕੁਦਰਤੀ ਰੱਬ ਨੇ ਪਹਿਲਾਂ ਮਿਹਰਾਂ ਕੀਤੀਆਂ ਹੋਈਆਂ ਉਹ ਦੁਬਾਰੇ ਮੁੜ ਕੇ ਨਹੀਂ ਆਉਣੀਆਂ, ਹੈ ਨਾ। ਤੁਹਾਨੂੰ ਫਰੂਟ ਦਵਾ ਦਾਂਗੇ, ਕੋਈ ਗੱਲ ਨਹੀਂ, ਫਰੂਟ ਦਾ ਸ਼ੌਕ ਹੈ ਬਸ। ਰੱਬ ਨੂੰ ਕਹਿ ਰਿਹਾ ਵੀ ਮੈਨੂੰ ਤਾਂ ਬਾਗਾਂ ਮਾ ਪਹੁੰਚਾ ਦੇ ਨਾ। ਕਿਹੜਾ 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 ਫਰੂਟ ਪਸੰਦ ਆ ਤੁਹਾਨੂੰ? ਬਥੇਰੇ ਹੋਆ ਬਾਗ ਮਾ ਲਾਏ ਵੇ ਕਈ ਕਈ ਰੰਗਾਂ ਨਾ, ਤੁਹਾਨੂੰ ਕਿਹੜਾ ਪਸੰਦ ਆ, ਕਿਹੜੇ ਰੰਗ ਦਾ?
ਸਿਓ ਸਿਓ ਨਾਰ ਹਾਏ 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 ਬੱਟ ਕਾ ਅੱਛਾ ਤੋਤਾ ਬਣਾਇਆ ਤੋਤਾ ਬਣਾਵੇ ਤੋਤੇ ਕਾ ਨਾਮ ਕੀ ਰੱਖੇਂਗੇ ਹੈ ਰੱਖ ਦੇਂਗੇ ਆਪੇ ਨਾ ਅੱਜ ਰੱਖ ਦੋ ਫਿਰ ਆਪਾਂ ਤੋਤੇ ਕਾ ਨਾਮ ਰੱਖ ਕੇ ਜਾਏ ਹੈ ਚੂਰੀਆਂ ਤਾਂ ਪਹਿਲਾਂ ਹੀ ਖਾ ਰੱਖੀਆਂ ਬਾਬਾ ਜੀ ਹੈ ਕੀ ਕਰੇਗਾ ਜੀ ਘਿਓ ਸ਼ੱਕਰ ਹੁਣ ਖਾਂਦੇ ਹੋ ਮਿਲ ਜੇ ਛੱਡਦੇ ਨੀ ਹੈ ਅੱਛਾ ਜੇ ਮਿਲ ਜੇ ਫੇਰ ਨੀ ਛੱਡਦੇ ਨਾ ਨਾ ਦਿੰਦੇ ਨੀ ਕਰਦੇ ਪੰਜੀਰੀ ਵੀ ਆਈ ਪਿਆ ਕਾ ਭਾਈ ਤੇਰਾ ਜੰਮ ਨੂੰ ਖਾਇਆ ਵਾ ਮਾ ਹਾਂ ਜੀ ਕਾਥਾ ਬਾਬਾ ਬਰਫੀ ਕਿੰਨੀ ਕੁ ਖਾਵਾ ਤੂੰ ਤਾਂ ਫਿਰ ਰਾਜੀ ਹੋਇਆ ਹੋਇਆ ਬਾਬਾ ਬਰਫੀ ਕਿੰਨੀ ਕੁ ਖਾਵਾ ਉਹ ਬਰਫੀ ਤਾਂ ਅੱਧੇ ਕਿਲੋ ਦੋ ਕਿਲੋ ਹੁਣ 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 ਖਾ ਲੈ ਉਹ ਹੁਣ ਤਾਂ ਹੁਣ ਘੱਟ ਖਾਈ ਜਾ ਹੈ ਫਰਕ ਤਾਂ ਨਾ ਪਵੇ ਜੇ ਮਿਲ ਜੇ ਉਹ ਘੱਟ ਘੱਟ ਖਾਈ ਜਾ ਅੱਛਾ ਲੰਘਦੀ ਨਹੀਂ ਪਚਦੀ ਨਹੀਂ ਨਾ ਪਚਾ ਅੱਛਾ ਬਿਮਾਰੀ ਤਾਂ ਨਹੀਂ ਹੋਈ ਕਦੇ ਬਾਬਾ ਜੀ ਤੁਹਾਨੂੰ ਕਿਹੜਾ ਹੋਇਆ ਤਾਂ ਜੀ ਕੀ ਹੋਇਆ ਦਾ ਬਹੁਤ ਜਦ ਤਾਂ ਮਰਨ ਦਾ ਖਤਰਾ ਕੀ ਹੋ ਗਿਆ ਦਾ 3-4 ਸਾਲ ਪਿਆ ਰਿਹਾ ਅਮਰਕਰ ਨਾ ਮੈਂ ਕਿਹਾ ਹੋਇਆ ਕੀ ਤਾਂ ਰੱਬ ਨੇ ਬਣਾ ਦਿਆ ਤਾਂ ਜਿਸ ਤਰ੍ਹਾਂ ਬਣਾ ਤੋਤਾ ਬਣਾਤਾ ਤਾਂ ਆ ਲਓ ਜੀ ਇਹ ਬਣੇਗਾ ਬਾਬਾ ਤੋਤਾ ਵਜ਼ੀਰ ਸਿੰਘ ਆਪਣਾ ਬਾਬਾ ਜੀ ਇਹਨੂੰ ਤੋਤਾ ਬਣਾ ਦੇ ਰੱਬਾ ਇੱਧਰ ਵਗ ਜਾਗੇ ਕਸ਼ਮੀਰ ਕੰਨੀ ਅੱਛਾ ਕਸ਼ਮੀਰ ਕਿਹੜੀ ਖਾਵਾਂਗੇ ਹੋਰ ਆਪਣਾ ਡਾਰੀਆਂ ਮਾਰਕਾ ਚੈਰੀਆਂ ਬਲੈਕਬੈਰੀ ਹੈ ਸਟ੍ਰਾਬੈਰੀ ਐਸੀਆਂ ਚੀਜ਼ਾਂ ਖਾਵਾਂਗੇ ਇੱਥੇ ਦਿਨ ਛਿਪ ਗਿਆ ਉੱਥੇ ਰਾਤ ਕੱਟ ਲਈ ਗਾਹ ਫੇਰ ਵਾਹ ਯਾਰ ਨਜ਼ਾਰਾ ਜ਼ਿੰਦਗੀ ਦਾ ਹੈ ਚੱਲੇਗਾ ਤੇਰਾ ਕੀ ਨਾਮ ਹੈ ਇੱਕ ਹੀ ਆ ਯਾਰ ਤੇਰਾ ਨਾਮ ਦਾ ਇੱਕੋ ਕਿਵੇਂ ਹੋ ਜਾਏਗਾ ਆ ਤਾਂ ਨਾਂ ਤਾਂ ਦੱਸ ਦੇ ਨਾਂ ਕਾ ਕੀ ਬਾਹੂ ਹੈ ਵਜ਼ੀਰ ਹੈ ਦੋਨਾਂ ਦਾ ਅੱਛਾ ਇਹ ਵਜ਼ੀਰ ਹੈ ਅੱਛਾ ਦੋਵੇਂ ਤੋਤੇ ਬਣੇ ਬਣੇਗਾ ਇਹਦਾ ਫਲ ਬਣੇਗਾ ਫਲ ਕੁੱਟੇਗਾ ਇਹਨੂੰ ਗਧਾ ਕਿਉਂ ਬਣਾਵਾ ਵੀ ਬਾਬਾ ਗੱਲ ਨੀ ਮੰਨ ਰਿਹਾ ਦੇਖ ਇੰਨਾ ਪਿਆਰ ਹੈ ਬਈ ਤੇਰੇ ਨਾਲ ਵਜ਼ੀਰ ਸਿੰਘ ਜੀ ਦਾ ਪਿਆਰ ਕਿਆ ਹੈ ਦੇਖ ਕਹਿੰਦਾ ਨਾਲ ਚੱਲ ਨੀ ਉਹ ਕਹਿੰਦਾ ਨਾਲ ਚੱਲ ਤੋਤਾ ਬਣ ਤੋਤਾ ਹੈ ਤੋਤਾ ਨੀ ਬਣਦਾ ਹੋਰ ਕੀ ਸ਼ੇਰ ਬਣਦਾ ਹੁਣ ਕੀ ਬਣਦਾ ਕਿਹੜੀ ਜੁਨੀ ਦਿਲ ਕੀ ਕਰਾ ਜਿਵੇਂ ਬਾਬੇ ਨੇ ਦੱਸਿਆ ਤੇਰਾ ਕੀ ਦਿਲ ਕਰਾ ਬਾਈ ਅੱਛਾ ਦਾਰੂ ਦੂਰੂ ਵੀ ਨੀ ਪੀ ਕਦੇ ਵੀ ਬਾਬਾ ਅੱਜ ਕੱਲ ਦਾੜੀ ਵਾਲੇ ਬੰਦੇ ਬਹੁਤ ਸਿਗਰਟਾਂ ਪੀਣ ਲੱਗ ਗਏ ਅੰਮ੍ਰਿਤ ਵੀ ਛਕੇ ਕੀ ਚੱਕਰ ਪੈ ਗਿਆ ਉਰੇ ਉਰੇ ਵੀ ਦੇਖਿਆ ਤਾਂ ਮੈਂ ਹੁਣ ਬੰਦਾ ਪੀ ਕੇ ਗਿਆ ਬੰਦਾ ਤਿੰਨ ਦੇਖੇ ਬੰਦੇ ਮੈਂ ਹੁਣ ਤਿੰਨ ਬੰਦੇ ਇੱਕ ਲੁਧਿਆਣੇ ਜੀ ਪੁਲਿਸ ਵਾਲਾ ਫੜਿਆ ਗਿਆ ਸੀ ਤੁਸੀਂ ਦੇਖਿਆ ਬੀੜੀ ਫੜ ਪੀਂਦਾ ਦਾੜੀ ਰੱਖੀ ਹੋਈ ਤੇ ਕੀ ਚੱਕਰ ਪੈ ਗਿਆ ਆਦਤ ਦਾ ਚੱਕਰ ਹੈ ਨਾ ਅਭਜੀਤ ਸਿੰਘ ਜੀ ਦੀ ਬਹੁਤ ਸੋਹਣੀ ਗੱਲ ਦੱਸੀ ਹੈ ਦੋਸਤੋ ਦੇਖੋ ਜ਼ਿੰਦਗੀ ਦੇ ਵਿੱਚ 105 ਸਾਲ ਦੇ ਤਕਰੀਬਨ 100 ਪਤਾ ਨਹੀਂ ਹੋਣਾ ਇਹਨਾਂ ਨੂੰ ਕਹਿੰਦੇ ਨੇ 102-3 ਸਾਲ ਹੋ ਗਏ ਬਈ ਇਹਨਾਂ ਨੇ ਜ਼ਿੰਦਗੀ ਗੁਜ਼ਾਰੀ ਆ ਬਿਨਾਂ ਨਸ਼ੇ ਦੇ ਸੋ ਦੋਸਤੋ ਨਸ਼ਾ ਨਾ ਕਰਿਆ ਕਰੋ ਨਸ਼ਾ ਕਰਨਾ ਰੱਬ ਦੇ ਨਾਂ ਦਾ ਕਰਿਆ ਕਰੋ ਅੱਛਾ ਅੱਛਾ ਮੁੰਡਾ ਪੁਲਿਸ ਚ ਕੇ ਲੱਗਿਆ ਬਾਬਾ ਬਾਬਾ ਪਾਠ ਕਿੰਨੇ ਕੁ ਕਰੇ ਆਪਣਾ ਤਾਂ ਅਨਪੜਾ ਮਾਂ ਨਾ ਫਿਰ ਉਹੀ ਵੈਗਰੂ ਵੈਗਰੂ ਤਾਂ ਕਰੇ ਕਿੰਨਾ ਕੁ ਟਾਈਮ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਬੌਕਸਰ ਹੈ ਦੋਸਤੋ ਦੁਨੀਆਂ ਦਾ ਉਹ ਮੇਰਾ ਜਿਗਰੀ ਯਾਰ ਹੈ ਬਜਿੰਦਰ ਸਿੰਘ ਮਾਨ ਹੈ ਉੱਤੇ ਬਹੁਤ ਜ਼ਿਆਦਾ ਇਸ ਧਰਤੀ ਦਾ ਸਭ ਤੋਂ ਵੱਡਾ ਬੌਕਸਰ ਗਿਣਿਆ ਜਾਂਦਾ ਉਹ ਬਹੁਤ ਪਿਆਰ ਆ ਉਹਦੇ ਨਾਲ ਮੇਰਾ ਦਿਲੀ ਤੇ ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਦਾ ਪੋਤਾ ਬੌਕਸਿੰਗ 'ਚ ਹੈਨਾ ਹਾਂ ਤੇ ਉਹ ਅੱਜ ਕੱਲ੍ਹ ਲੰਡਨ ਵੱਲੋਂ ਖੇਡ ਰਿਹਾ ਇੰਗਲੈਂਡ ਵੱਲੋਂ ਪਹਿਲਾਂ ਪੁਲਿਸ ਦੇ ਵਿੱਚ ਸੀਗਾ ਹਰਿਆਣਾ ਪੁਲਿਸ 'ਚ ਬਹੁਤ ਵੱਡੀ ਪੋ ਹਾਂ ਉਹੀ 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 ਐਸ ਪੀ ਜਿਹੜਾ ਐਸ ਪੀ ਹੈ ਨਾ ਹਾਂ ਬਾਬਾ ਜੀ ਹੋਰ ਕੋਈ ਗੱਲਬਾਤ ਸੁਣਾਉਣੀ ਹੈ ਤੁਸੀਂ ਇੱਲਤ ਕਿਹੜੀ ਕੋਈ ਸੁਣਾਓ ਜ਼ਿੰਦਗੀ ਦੀ
ਢੋਲ ਵਜਾਇਆ ਕਹਿ ਰਹੇ ਢੋਲ ਇਹਦਾ ਕਹਿੰਦੇ ਵਜਾਇਆ ਨੀ ਵਜ਼ੀਰਾ ਕਹਿ ਵਜ਼ੀਰਾ ਦਾ ਕਹਿ ਵਜਾ ਨੀ ਰਿਹਾ ਢੋਲ ਕਿਉਂ ਬਜਾਵੇ ਤਾਂ ਬਾਬਾ ਵਾ ਨਜ਼ਾਰਾ ਬਾਬੇ ਕੇ ਅੱਛਾ ਇੱਕ ਇੱਕ ਘੰਟਾ ਬਾਬਾ ਹੁਣ ਵਜਾਵੇਗਾ ਲਿਆਈਏ ਢੋਲ ਚੱਕ ਕੇ ਵਜੀਰ ਸਿੰਘ ਜੀ ਨੂੰ 200 ਸਾਲ ਦੀ ਉਮਰ ਬਖਸ਼ੇ ਫੇਰ ਤੋਤਾ ਬਣੇ ਹੈ 200 ਸਾਲ ਪੂਰੇ ਕਰਕੇ ਤੋਤਾ ਬਣੇ ਬਾਗਾ ਗਾ ਮੈਂ ਕਰ ਜਾਗਾ ਸੇਵਾ ਦਾ ਮੈਨੂੰ ਬੁਲਾ ਲਿਓ ਮਾਸਟਰਾਂ ਨੇ ਕਰਾਈਆਂ ਖੇਡਾਂ ਹਾਂ ਮੈਨੂੰ ਪਤਾ ਨੀ ਤਾਂ ਮੈਂ ਪਟਿਆਲੇ ਤੇ ਆਇਆ ਹਾਂ ਮੇਰੇ ਛੋਕਰਾ ਕਹਾ ਬਾਈ ਖੇਡਾਂ ਹੋਣੀਆਂ ਠੀਕ ਆ ਮੇਰੇ ਨਾਲ ਬੈਠਾ ਰਿਹਾ ਉਹ ਠੀਕ ਆ ਉਹ ਮੈਂ ਕਿਹਾ ਪਹਿਲੇ ਮਨ ਚਰੀ ਤਾਂ ਵੱਢ ਲੈਂਦਾ ਦਿਨ ਛਿਪ ਜੇ ਕਹਾ ਚੱਲ ਵੱਢ ਲਿਆਂਗੇ ਮੈਂ ਚੱਲ ਬਾਈ ਗਾਹ ਭਾਈ ਖਾੜਾ ਲੱਗਿਆ ਬਾਥਰੀ ਉਹ ਮਾਰੇ ਪਿੰਡ ਕੇ ਖੜੇ ਖੱਡੀ ਕੱਪੜੇ ਉੱਧਰ ਚੌਲੇ ਕੇ ਰਫੂਜੀ ਖੜੇ ਅੱਛਾ ਆਣਕਾ ਮੈਨੂੰ ਚਿੰਬੜ ਕੇ ਕਰਾਉ ਬਈ ਕਿਉਂ ਆ ਉੱਠ ਕੜਾ ਪਿੰਡ ਦੀ ਹੱਦ ਕੋ ਹੋਏਗੀ ਅੱਛਾ ਮਹਾਵੇ ਮੈਂ ਨਹੀਂ ਖੇਡਦਾ ਮੈਂ ਤਾਂ ਛੱਡ ਦੇ ਜੋ ਕੰਮ ਕੋਈ ਤਾਂ ਮੇਰੇ ਬਾਹਾਂ ਖਿੱਚ ਰਿਹਾ ਕੋਈ ਮੁੱਕੇ ਮਾਰੇ ਮੈਂ ਉੱਠਾ ਨਾ ਔਰ ਫੂਜੀ ਕੇ ਕਹੇ ਜੌਲੇ ਦਾ ਕਾਹਨੂੰ ਲੀੜੇ ਪਾੜਾ ਸਾਡੇ ਜੋ ਘੱਟ ਹੈ ਜੋ ਉਹ ਹਟੇ ਹੀ ਨਹੀਂ ਕਹਿਣ ਗੁੱਸਾ ਚੜ ਗਿਆ ਜਦ ਨਾ ਹਟਿਆ ਮਹਾਂ ਚੰਗਾ ਬਈ ਛੱਡ ਦਿਓ ਹੋਏਗਾ ਬਾਹਾਂ ਹੋਵਾਂਗਾ ਕੱਢ ਕੇ ਕੱਪੜੇ ਛੋਕਰੇ ਨੂੰ ਫੜਾ ਦੇ ਮਾਰੇ ਬਗਾ ਬਗਾ ਉਰਾ ਆਇਆ ਉਹ ਕਰ ਮਸੂਤਾ ਉਹ ਤਾਂ ਮਾਰਿਆ ਚੱਕ ਕੇ ਕਰ ਮਸੂਤਾ ਮੈਂ ਕੀ ਉਰਾ ਉਹ ਤਾਂ ਬਹੁਤ ਤਕੜੇ ਆ ਬਈ ਉਹ ਸਾਗ ਖਾਊ ਜੋ ਕਰੋ ਕਰਮ ਸੂ ਆ ਨਾ ਜਾਵੇ ਕਿਤੇ ਰੂਹ ਆ ਜਾਏ ਉਹਦੀ ਕਿਤੇ ਫੜ ਲਏ ਆਪਾਂ ਨੂੰ ਸਾਰਿਆਂ ਨੂੰ ਮਾਂ ਉਰਾ ਤੂੰ ਹੈ ਤਮੇ ਕੱਪੜੇ ਤਾਂ ਕੱਢ ਲਏ ਤਮੇ ਜਾਣ ਦੇ ਕੱਖ ਨਹੀਂ ਉੱਥਾ ਬਹਿ ਜਾਓ ਹਾਂ ਜੇ ਤਮੇ ਵਿੱਚ ਰਹੇ ਮੈਨੂੰ ਵੀ ਮੰਨ ਜਾਏ ਨੇ ਮੈਂ ਇਕੱਲਾ ਖੇਡਾਂਗਾ ਮੈਂ ਬਠਿਆ ਦੇ ਉਹੀ ਕਹੇ ਦਾ ਜਿਹੜਾ ਲੀੜੇ ਕਾਲਾ ਭਰਾਵਾ ਭੱਜੀ ਨਾ ਉਹ ਮਾਂ ਜੇ ਭੱਜਣ ਵਾਲਾ ਹੁੰਦਾ ਮੈਂ ਕੱਪੜੇ ਨਹੀਂ ਕੱਢਾ ਤਾ ਤੂੰ ਬਾਤ ਆ ਸਹੀ ਮਾਂ ਆਇਆ ਸਿੱਧਾ ਬੱਕਰੀ ਜੂ ਜਿੱਦਾਂ ਕੁੱਤੀ ਵੱਢ ਖਾਣੀ ਆਈ ਗਿਆ ਜਾਂ ਭੱਜ ਕੇ ਆਇਆ ਚਾਕਾ ਪੱਟਾ ਤੇ ਹੇਠ ਮਾਰਿਆ ਮੈਂ ਫਿਰ ਮੈਂ ਕਹੀ ਗਿਆ ਦੱਬ ਦੱਬ ਤੇਰੀ ਮਾਂ ਨੇ ਦੁੱਧ ਚੰਗਾਇਆ ਛੁੱਟ ਕੇ ਦਿਖਾ ਅੱਛਾ ਤੇਰੀ ਮਾਂ ਨੇ ਦੁੱਧ ਚੰਗਾਇਆ ਤਾਂ ਛੁੱਟ ਕੇ ਦਿਖਾ ਹੈ ਮੈਂ ਰੱਖ ਦਿਆ ਆ ਤਾੜੀਆਂ ਵੱਜ ਗਈਆਂ ਬਾਬਾ ਐਨਕ ਵੀ ਨਹੀਂ ਲੱਗੀ ਅਜੇ ਨਾ ਐਨਕ ਨਹੀਂ ਲਾਈ ਦਸ ਕੁੱਟੇ ਇੱਕਦਮ ਅੱਛਾ ਇੱਕ ਨਹੀਂ ਜਾਣਦੇ ਓਏ ਖੁਰਾਕਾਂ ਖਾਇਆ ਕਰੋ ਇਹ ਨਸ਼ਿਆਂ ਚ ਕੀ ਪਿਆ ਬਾਬੇ ਦੀ ਗੱਲ ਸੁਣਿਆ ਕਰੋ ਐ ਕੁੱਟੋਗੇ ਦਸ 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 ਕੁੱਟੇ ਆ ਲੋਕ ਤਾੜੀਆਂ ਮਾਰੇ ਪੈਸਾ ਨਹੀਂ ਕਿਸੇ ਦੇ ਦਿਆ ਮਾਲੇ ਨੇ ਇਹ ਬਾਬੇ ਕੀਆਂ ਗੱਲਾਂ ਇੰਨੀਆਂ ਸੋਹਣੀਆਂ ਜਾਣ ਨੂੰ ਜੀਏ ਨਹੀਂ ਕਰਦਾ ਕੀ ਕਰੇ ਜਾਣਾ ਤਾਂ ਪਏ ਗਈ ਇਹ ਭਰਾਵਾ ਤਾਂ ਲੁੱਚਾ ਦੁਨੀਆ ਤੋਂ ਵੀ ਜਾਣਾ ਪੈਂਦਾ ਹੈ ਯਾਦ ਕਰਾਉਂਦਾ ਹੈ ਹੈ ਬਾਬਾ ਇੱਥੋਂ ਵੀ ਜਾਣਾ ਪੈਂਦਾ ਦੁਨੀਆ ਤੋਂ ਵੀ ਜਾਣਾ ਪੈਂਦਾ ਹੈ ਤੋਤਾ ਵੀ ਬਣਨਾ ਪੈਂਦਾ ਫਲ ਵੀ ਖਾਣੇ ਪੈਂਦੇ ਨੇ ਹੈ ਫਿਰ ਮਿਲਾਂਗੇ ਬਾਬਾ ਕਦੇ ਫਿਰ ਜੇ ਰੱਬ ਨੇ ਚਾਹਿਆ 200 ਸਾਲ ਨੇ ਅਜੇ ਤਾਂ ਤੇਰੇ ਪੂਰੇ ਕਰਕੇ ਹੈ ਨਾ ਫਿੱਕੇ ਹੋਗਾ ਫੜ ਕੇ ਲੋਕ ਆਏ ਕਿ ਕਹਿੰਦਾ ਲੀੜੇ ਪਾੜਾ ਫਿਰ ਤਾਂ ਬੋਲੇ ਨਾ ਚੱਲੇ ਇਹ ਤਾਂ ਭੈੜਾ ਕਾ ਮਾਂ ਨੂੰ ਵੀ ਯਾਦ ਕਰਾਉਂਦਾ ਪਹਿਲੇ ਇਹ ਬਾਬੇ ਕਾ ਜਿਹੜਾ ਘਿਓ ਤਾਂ ਨਾ ਹੁਣ ਛਾਲੇ ਮਾਰ ਰਿਹਾ ਬਾਤਾਂ ਸ਼ੁਰੂ ਹੋ ਗਈਆਂ ਹੁਣ ਨਹੀਂ ਬਾਤਾਂ ਬੰਦ ਹੁੰਦੀਆਂ ਵੀ ਯਾਰ ਰਾਤ ਹੋ ਜੇ ਹੈ ਫਿਰ ਕਦੇ ਬਾਤਾਂ ਕਰਾਂਗੇ ਦੋਸਤੋ ਫਿਰ ਮਿਲਾਂਗੇ ਦਿਲ ਮੇਲਿਆਂ ਦੇ ਮੇਲੇ ਨੇ ਵਜਨ ਕਿੰਨਾ ਚੱਕ ਲਏ ਤਾਂ ਬਾਬਾ ਵਜਨ ਕਿੰਨਾ ਚੱਕ ਲਏ ਤਾਂ ਵਜਨ ਕੁਆਟਰ ਚੱਕ ਲਿਆ ਤੇ ਅੱਛਾ ਕਿਹੜਾ ਆਹ ਬੋਰੀ ਬੋਰੀ ਹਾਂ ਕੁਆਂਟਲ ਕੀ ਬੋਰੀ ਚੱਕ ਲਿਆ ਤਾਂ ਕੁਆਟਰ ਦੇ ਪਾਵੇਂ ਤੇ ਹੁਣ ਤਾਂ ਜੇ ਥੱਲੇ ਬਲੀ ਚੱਕ ਹੁੰਦਾ ਘੱਟ ਪਾਉਂਦੇ ਨੇ ਨਾ 40 ਕਿਲੋ ਹਾਂ ਜੱਤਾ ਮੂਰਖੇ ਚਲੋ ਕੁਆਟਰ ਹੀ ਚੱਕੋ ਕੁਆਂਟਲ ਕੀ ਬੋਰੀ ਚੱਕ ਲਏ ਤਾਂ ਬਾਬਾ ਜਿਹਨੇ ਲੈ ਕੇ ਜਾਣਾ ਕਣਕ ਕੁਣਕ ਆਊਗੀ ਹੁਣ ਲੈ ਜਿਓ ਬਾਬੇ ਨੂੰ ਕੁਆਂਟਲ ਮਾਰੇਗਾ ਚੱਕ ਚੱਕ ਕੇ ਆਉਣਗੇ ਨਜ਼ਾਰੇ
ਬਾਬੇ ਨੂੰ ਫਲ ਖਵਾ ਦਿਓ ਬਸ ਇੱਕ ਇੱਕ ਅਨਾਰ ਦੂਜਾ ਕਿਹੜਾ ਸੇਬ ਆੜਤੀ ਨੂੰ ਕਿਹਾ ਮੇਰੇ ਗੱਲ ਕਰ ਬਾਤ ਹਾਂ ਸਿਰ ਪਰ ਚੱਕ ਲਾ ਸਿਰ ਪਰ ਮੈਂ ਚੱਕਾ ਜਿੱਥੇ ਮੈਂ ਗੇਰਾਂਗਾ ਉੱਥੇ ਜਾਈ ਕਾ ਸਿਰ ਪਰ ਨਹੀਂ ਮੈਂ ਤੇ ਚੱਕਾ ਜਾਂਦਾ ਮਾਰ ਤੂੰ ਕੇ ਫਿਰ ਖੱਬੀ ਜਾਣਾ ਅੱਛਾ ਕੁਆਂਟਲ ਸਿਰ ਪਰ ਹੀ ਚੱਕ ਲਿਆ ਹਾਂ ਸਿਰ ਪਰ ਚੱਕ ਬਾਹਰ ਜਿੱਥੇ ਮੈਂ ਗੇਰਾਂਗਾ ਉੱਥੇ ਜਾਈ ਕਾ ਮੈਂ ਤੇ ਸਿਰ ਪਰ ਨਹੀਂ ਚੱਕ ਲੈਂਦਾ ਮਾਰ ਫਿਰ ਤੂੰ ਹੀ ਗੱਲ ਦੇ ਹਾਂ ਹੁਣ ਤਾਂ ਟੂਹੀ ਤੇ ਵੀ ਨਹੀਂ ਚੱਕਿਆ ਜਾਂਦਾ 20 ਕਿਲੋ ਨਾ ਜੀ ਨਾ ਹੈ ਖਰਾਕਾਂ ਨਹੀਂ ਖਰਾਕਾਂ ਨਹੀਂ ਹੈਗੀਆਂ ਚੰਗੀਆਂ ਖਰਾਕਾਂ ਨਹੀਂ ਹੈਗੀਆਂ ਜੱਤਾ ਬਾਈ ਦੁੱਧ ਕੀ ਵੇਚੇ ਦਾ ਕੋਈ ਸਭ ਖਾਏ ਤੇ ਦੋਸਤੋ ਚੰਗੀਆਂ ਖੁਰਾਕਾਂ ਖਾਇਆ ਕਰੋ ਬਾਰ ਬਾਰ ਤੁਹਾਨੂੰ ਇਹੀ ਗੱਲ ਕਰ ਰਿਹਾ ਚੰਗੀਆਂ ਖੁਰਾਕਾਂ ਖਾਇਆ ਕਰੋ ਰੱਬ ਨੂੰ ਯਾਦ ਕਰਿਆ ਕਰੋ ਰੱਬ ਨੇ ਬਚਾ ਦੇ ਜੀ ਹਾਂ ਬਾਬੇ ਨੂੰ ਵੀ ਰੱਬ ਨੇ ਬਚਾਇਆ ਕਿਸੇ ਨੇ ਬੈਲ ਨਹੀਂ ਲੱਗਿਆ ਹਾਂ ਬੈਲ ਨਾ ਲੱਗੇ ਜ਼ਿੰਦਗੀ ਦੇ ਵਿੱਚ ਬਸ ਇਹੀ ਖੁਸ਼ੀਆਂ ਮਿਲਣ ਸਭ ਨੂੰ ਉਹ ਮੈਨੂੰ ਤਾਂ ਜੀ ਮਾੜਾ ਕਹਦੇ ਗਰੌਕੇ ਅੱਛਾ ਘਰ ਵਾਲੇ ਗਰੌਕੇ ਅੱਛਾ ਪਿੰਡ ਕੇ ਆਹੋ ਕਿਉਂ ਛੋਕਰੇ ਕੋ ਵਧੀਆ ਤਾਂ ਹੀ ਬਣਾ ਲਿਆ ਨੌਕਰੀਓ ਬੁਲਵਾ ਲਿਆ ਤਾਂ ਹੀ ਛੋਕਰੇ ਬਚਾ ਕੇ ਰੱਖੇ ਹਾਂ ਮਾਰ ਡੰਡਾ ਮਾਰਾਂਗਾ ਸਾਲਾਂਗਾ ਮੈਂ ਜਿਸ ਕੇ ਲਵਾ ਲੱਗਿਆ ਸਾਲੇ ਥਵੇ ਵੀ ਮਾਰੇ ਜਾਣਗੇ ਆਪਣੇ ਛੋਕਰਿਆਂ ਦਾ ਵੀ ਪੂਰਾ ਧਿਆਨ ਰੱਖਿਆ ਹੈ ਬਾਬਾ ਨਾ ਬਚ ਗਏ ਜੀ ਫਿਰ ਤਾਂ ਹੀ ਬਚ ਗਏ ਹਾਂ ਗੁਰਸਿੱਖ ਅੱਛਾ ਛੋਕਰੇ ਅੱਛਾ ਦੇਖੋ ਦੋਸਤੋ ਵਜੀਰ ਸਿੰਘ ਜੀ ਦੇ ਮੁੰਡੇ ਨੂੰ ਵੀ ਬਾਬਾ ਕਹਿ ਪੂਰੇ ਗੁਰਸਿੱਖ ਹੈ ਪੁਲਿਸ ਮੈਂ ਹੈ ਪੁਲਿਸ 'ਚ ਰਹਿ ਕੇ ਵੀ ਦੇਖੋ ਗੁਰਸਿੱਖੀ ਦਾ ਧਿਆਨ ਰੱਖਦੇ ਨੇ ਬਾਬਾ ਜੀ ਕੋਈ ਜਾਂਦੇ ਜਾਂਦੇ ਗੱਲ ਤੋਤੇ ਤੋਂ ਇਲਾਵਾ ਹੋਰ ਕੋਈ ਗੱਲ ਤੋਤੇ ਦੀ ਗੱਲ ਨਹੀਂ ਕਰਨੀ ਹੁਣ ਅੱਛਾ ਵਜ਼ੀਰ ਸੁਣਾ ਦੇ ਕੋਈ ਬਾਤ ਸੁਣਾ ਦੇ ਬਸ ਇਹਨਾਂ ਦਾ ਪਿਆਰ ਕਾਇਮ ਰਹੇ ਵਜ਼ੀਰੇ ਕਾ ਤੇ ਵਜ਼ੀਰ ਸਿੰਘ ਕਾ ਵਜ਼ੀਰਾ ਤੋਂ ਮੁਸਲਮਾਨ ਕੌਮ ਕਹਿ ਰਾਜਪੂਤ ਕਹਿ ਰਾਜਪੂਤ ਦੇ ਦੇਖੋ ਪੂਰਾ ਗੁਰਸਿੱਖ ਬੰਦੇ ਇਕੱਠੇ ਯਾਰ ਨੇ ਪੱਕੇ ਹੈ ਐਸੀਆਂ ਯਾਰੀਆਂ ਪਈਆਂ ਰਹਿਣ ਧਰਮ ਦੇ ਨਾਂ ਤੇ ਨਾ ਲੜਿਆ ਕਰੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ